ਸਾਰੇ ਦੋਸਤਾਂ ਨੂੰ ਸਲਾਮ ਹੋਵੇ ਪਿਆ। ਇਹ ਯਾਮੀਨ ਦੇ ਅਸਾਂ ਮਹਿਮਾਨ ਹੈ ਕਿਸਮ ਦੇ। ਬਹਰਾਲ ਇਹ ਹੈ ਕਿ ਇਹ ਉਹ ਪਹਿਲਾ ਸਟੇਜ ਦਿੱਠੇ ਸੀ ਕਿ ਇਹੋ ਜਿਹਾ ਅਸਾਂ ਵੀ ਰੋਜ਼ ਇੱਕੋ ਬੇਦੀ ਵਾਰ ਪ੍ਰੋਗਰਾਮ ਕਰਿਆ ਰਹਿ ਰਹੇ ਹਾਂ ਅਤੇ ਇਹ ਜਿਹਾ ਸਟੇਜ ਦਿੱਠਾ ਕਰਨ ਸੀ, ਮਗਰ ਇਹ ਕਿ ਇਹਨਾਂ ਦੀ ਮਿਹਰਬਾਨੀ ਹੈ ਵਾਲੀ ਜਿਹੜਾ ਜਿਵੇਂ ਇਹ ਕਰੇ ਦੇ ਬੈਠਣ ਉਹਨਾਂ ਦੀ ਬੜੀ ਮਿਹਰਬਾਨੀ, ਸ਼ੁਕਰੀਆ ਉਹਨਾਂ ਦਾ। ਇਵੇਂ ਸਿੱਖਦੇ ਵਧਿਆ ਕੋਈ ਸਾਡੇ ਕੋਲੋਂ ਗਲਤੀ ਥੀ ਵਜੇ ਤਾਂ ਮਾਦਰ ਕਰੇ ਸੋ, ਅਤੇ ਮੀਰ ਆਲਮ ਜਿਹੜੇ ਬੈਠੇ ਉਹਨਾਂ ਕੋਲੋਂ ਮੈਂ ਇਜਾਜ਼ਤ ਗਿਣ ਸਾਂ, ਇਵੇਂ ਤਮਾਮ ਦੋਸਤ ਜਿਤਨਾ ਬੈਠਾ ਉਹਨਾਂ ਕੋਲ ਇਜਾਜ਼ਤ ਗਿਣ ਸਾਂ। ਪਹਿਲੇ ਮੈਂ ਤੁਹਾਨੂੰ ਕਾਫੀ ਸੁਣਵਾਉਂਦਾ ਪਿਆ, ਸਾਡੇ ਉੱਤੋਂ ਜਿਹੜਾ ਨਾ ਇੱਕ ਬਹੁਤ ਅੱਛਾ ਗੁਲੂਕਾਰ ਵੀ ਬੈਠੇ ਉਹ ਵੀ ਤੁਹਾਨੂੰ ਸੁਣਵੇ ਸੀ। ਬਾਬੇ ਬੁੱਲੇ ਸ਼ਾਹ ਦੀ ਕਾਫੀ ਹੈ, ਇਹ ਤੁਹਾਡੇ ਇਲਾਕੇ ਦਾ ਕੋਟਦੂ ਦਾ ਪਠਾਣਾ ਖਾਂ ਹਾ, ਉਹ ਇਹ ਚੀਜ਼ ਕੋ ਆਖਿਆ ਹੋ ਅਤੇ ਉਹ ਚੀਜ਼ ਅੱਜ ਮੈਂ ਤੁਹਾਨੂੰ ਸੁਣਵਾਉਂਦਾ ਪਿਆ। ਮਗਰ ਇਹ ਹੈ ਕਿ ਉਹ ਖਾਨ ਸਾਹਿਬ ਲੋਕ ਹਨ, ਅਸਾਂ ਉਹਨਾਂ ਦੀ ਥੋੜ੍ਹੀ ਥੋੜ੍ਹੀ ਉਹ ਖੁਸ਼ਬੋ ਦਿੰਦੇ ਹਾਂ, ਬਹਰਾਲ ਇਹ ਹੈ ਕਿ ਉਹ ਤਾਂ ਨਹੀਂ ਸਿਖਾਉਂਦੇ ਮਗਰ ਉਹਨੇ ਖੁਸ਼ਬੋ ਦਿੰਦੇ ਹਾਂ ਥੋੜ੍ਹੀ ਜਿਹੀ, ਅਤੇ ਇਹ ਤੁਸੀਂ ਗੌਰ ਨਾਲ ਸੁਣ ਸੋ ਤੁਹਾਡੀ ਬੜੀ ਮਿਹਰਬਾਨੀ ਹੋਵੇ। ਜਿਹੜੇ ਦੂਤਰੇ ਲਫ਼ਜ਼ ਸੁਣੋ, ਇੱਕ ਅੱਧ ਗਜ਼ਲ ਸੁਣੋ, ਜ਼ਰਾ ਗੌਰ ਨਾਲ ਸੁਣੋ ਬਸ। ਪਹਿਲੇ ਇਬਤਦਾ ਕਰੋ ਬਾਬੂ ਇੱਕ ਮਾਰਫਤ ਦਾ ਬੰਦ ਸੁਣਵਾਉਂਦਾ ਪਿਆ ਕੁਸ਼ਤਰ ਸਾਹਿਬ ਦਾ। ਤੂੰ ਵਹਿਸ਼ੀ ਬੇਕਾਰ ਵਪਾਰੀ ਹੈ ਤੈ ਭੋਏ ਦੇ ਭਾਗ ਵਸੀ ਵਿੱਚ ਕੁਰਾਨ ਵੀ ਵਿੱਚ ਸੂਦ ਉਤੇ ਤੈ ਕਾਫਰਾਂ ਕੋਲ ਨਬੀ ਵਿੱਚ ਤੈਕੂ ਜ਼ੁਲਮ ਦਾਦਾ ਕਿਆ ਭਾਗ ਹੈ ਤੈ ਜ਼ੁਲਮ ਦੇ ਮਾਰੇ ਵੀ ਵਿੱਚ ਤੈ ਉਸਤਰ ਜਿਗਰੇ ਜਾਲ ਖਤਲ ਤੈ ਜਿਗਰ ਤੇ ਕੰਢੇ ਕੇ ਜੀ ਵਿੱਚ ਜਿਵੇਂ ਇੱਕ ਤਾਰੇ ਸਾਹਿਬ ਲਿਖਿਆ ਬੰਦ ਉਹ ਮਾਰਫਤ ਦਾ ਹਾ, ਉਹ ਵੀ ਇੱਕ ਬੜਾ ਖੂਬਸੂਰਤ ਅੰਦਾਜ਼ ਵਿੱਚ ਲਿਖੇ ਆਖੇ ਸੀ ਕਿ ਅੰਦਰ ਦੀ ਕੋਠੀ ਨੂੰ ਗਾਲ ਕੀਤੀ ਸੀ। ਉੱਠੀ ਸਹਿਜੀ ਜਾਗ ਸਿਆਣੀ ਥੀ ਨਾ ਇਤਨਾ ਨਿੰਦ
ਰੁਪਿਆਰੀ ਕਰ ਪਈ ਸਾਰਾ ਘਰ ਖਲਿਆਨ ਥਿਆ ਕੋਈ ਥਾਂ ਦੋ ਅੰਗਾਨ ਬੁਹਾਰੀ ਕਰ ਹੁਣ ਸਰ ਰੁਪਹਾਰ ਖੁਮਾਰ ਕੁਸਤੀ ਬੇਕਾਰ ਨਥੀ ਕੋਈ ਕਾਰੀ ਕਰ ਅਈ ਤਾਰਕ ਕਾਲੀ ਰਾਤੀ ਹੋ ਵਟ ਦੀਵ ਜੋੜ ਤਿਆਰੀ ਕਰ ਕਿਵੇਂ ਬਾਬੇ ਬੁੱਲੇ ਸ਼ਾਹ ਜੀ ਕਾਫੀ ਇੱਕ ਦੂਸਰੇ ਜਿਨਹੀ ਛਣੀ ਦਾ ਯਾਰ ਜਿਨਹੀ ਛਣੀ ਦਾ ਯਾਰ ਵਾਲੀ ਤਾਰ ਬਜ ਮੁਰਸ਼ਦ ਵਾਲੀ ਤਾਰ।